ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਆਖਰ ਲਾਰੇਸ ਬਿਸ਼ਨੋਈ ਨੇ ਉਗਲਤਾ ਸਾਰਾ ਸੱਚ ਕਿੰਦਾ ਇਸ ਕਰਕੇ ਮਾਰਿਆ ਸਿੱਧੂ ਤਾਜ਼ਾ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਪੰਜਾਬ ਪੁਲਿਸ ਦੀ ਗ੍ਰਿਫਤ ਚ ਚੱਲ ਰਿਹਾ ਗੈਂਗਸਟਰ ਲਾਰੇਸ ਨੇ ਮੂਸੇਵਾਲਾ ਕਤਲਕਾਰ ਨੂੰ ਲੈ ਕੇ ਪੇਡ ਖੋਲ੍ਹਨੀ ਸ਼ੁਰੂ ਕਰ ਦਿੱਤੀ ਨੇ ਲਾਰੇਸ਼ ਨੇ ਕਿਹਾ ਕਿ ਉਹਨਾਂ ਦੇ ਗੈਂਗ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਤੋਂ ਪ੍ਰੋਟੈਕਸ਼ਨ ਮਨੀ ਨਹੀਂ ਮੰਗੀ ਸੀ ਉਸ ਦੇ ਗੈਂਗ ਨੇ ਮੋਹਾਲੀ ਵਿੱਚ ਵਿੱਕੀ ਮੰਡੂ ਖੇੜਾ ਦੇ ਕਤਲ ਦਾ ਬਦਲਾ ਲਿਆ ਹੈ ਮੰਡੂ ਖੇੜਾ ਲਾਰੇਸ਼ ਦਾ ਕਾਲਜ ਦੁੱਦ ਸੀ ਲਾਰੇਸ਼ ਨੇ ਇਹ ਵੀ ਕਿਹਾ ਕਿ ਮੂਸੇਵਾਲ ਦੇ ਕਤਲ ਦੇ ਨਾਲ ਉਸ ਦੀ ਕੋਈ ਤਰੀਕ ਤੈ ਨਹੀਂ ਹੋਈ ਸੀ ਕਤਲ ਤੋਂ ਬਾਅਦ ਹੀ ਉਸ ਨੂੰ ਪਤਾ ਲੱਗਾ ਕਿ ਮੂਸੇਵਾਲ ਦਾ ਕਤਲ ਹੋ ਗਿਆ ਹੈ ਲਾਰੇਸ ਅਜੇ ਵਿਕਤਲੇਆ ਵਿੱਚ ਆਪਣੀ ਭੂਮਿਕਾ ਤੋਂ ਇਨਕਾਰ ਕਰ ਰਿਹਾ ਹੈ ਹਾਲਾਂਕਿ ਪੰਜਾਬ ਪੁਲਿਸ ਨੇ ਸਪਸ਼ਟ ਕੀਤਾ ਹੈ ਕਿ ਮੂਸੇਵਾਲ ਦਾ ਕਤਲ ਲਾਰੇਸ ਦੇ ਇਸ਼ਾਰੇ ਤੇ ਹੀ ਕੀਤਾ ਗਿਆ ਸੀ ਲਾਰੇਸ ਦੇ ਇਸ਼ਾਰੇ ਦੇ ਗੈਂਗਸਟਰ ਮੁਹੰਮਦ ਰਾਜਾ ਨੂੰ ਪੰਜਾਬ ਪੁਲਿਸ ਨੇ ਬਿਹਾਰ ਦੇ ਗੋਪਾਲਗੰਜ ਤੋਂ ਗ੍ਰਿਫਤਾਰ ਕੀਤਾ ਉਸ ਨੂੰ ਪੰਜਾਬ ਲਿਆਂਦਾ ਜਾ ਰਿਹਾ ਸੀ ਮੰਡੂ ਖੇੜਾ ਕਤਲकांड ਚ ਲਾਰੇਸ ਗੈਂਗ ਨੂੰ ਮੂਸੇਵਾਲ ਦੇ ਦੋ ਤਰ੍ਹਾਂ ਦੇ ਸ਼ੱਕ ਸੀ ਪਹਿਲਾ ਉਸਨੇ ਮੰਡੂਘੇੜ ਨੂੰ ਮਾਰਨ ਵਾਲੇ ਗ੍ਰੋਹ ਹੁਦ ਦੀ ਦਿੱਤੀ ਸਾਇਦਾ ਕੀਤੀ ਦੂਜੇ ਪਾਸੇ ਮੂਸੇਵਾਲੇ ਦੇ ਸ਼ਾਪ ਸ਼ੂਟਰਾਂ ਨੂੰ ਵੀ ਪਨਾਹ ਦਿੱਤੀ ਜੀ ਆ ਨੁੱਦ ਸ਼ੱਕ ਮੰਡੂਘੇੜਾ ਕਤਲकांड ਮੂਸੇਵਾਲ ਦੇ ਮੈਨੇਜਰ ਸ਼ਗਰਪ੍ਰੀਤ ਦਾ ਨਾਮ ਆਉਣਾ ਸੀ ਇਸ ਦਾ ਗਲ ਪਤਾ ਲੱਗਦਾ ਹੈ ਸੀ ਕਿ ਸ਼ਗਰਪ੍ਰੀਤ ਆਸਟ੍ਰੇਲੀਆ ਪਾਜ ਗਿਆ ਹੈ ਲਾਰੇਸ ਗੈਂਗ ਨੂੰ ਸ਼ੱਕ ਹੈ ਕਿ ਸ਼ਗਰਪ੍ਰੀਤ ਮੂਸੇਵਾਲ ਦਾ ਕਾਫੀ ਕਰੀਬੀ ਸੀ ਉਸ ਨੂੰ ਆਸਟ੍ਰੇਲੀਆ ਭੇਜਿਆ ਗਿਆ ਹੈ ਤਾਂ ਜੋ ਪੁਲਿਸ ਉਸ ਨੂੰ ਫੜ ਨਾ ਸਕੇ